ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਤੁਹਾਡਾ ਸਾਰਿਆਂ ਦਾ ਮਨਦੀਪ ਕਿਚਨ ਦੇ ਵਿੱਚ ਬਹੁਤ ਬਹੁਤ ਸਵਾਗਤ ਆ। ਅੱਜ ਆਪਾਂ ਬਣਾਉਣ ਜਾ ਰਹੇ ਹਾਂ ਸੂਪ। ਸੂਪ ਪੀਣਾ ਹਰ ਇੱਕ ਬੱਚੇ ਨੂੰ, ਹਰ ਇੱਕ ਵੱਡੇ ਨੂੰ, ਹਰ ਇੱਕ ਬਜ਼ੁਰਗ ਨੂੰ, ਸਭ ਨੂੰ ਪਸੰਦ ਹੁੰਦਾ। ਖਾਸ ਕਰਕੇ ਵੈਜੀਟੇਬਲ ਸੂਪ ਮਿਲ ਜਾਏ ਉਹਦੇ ਵਰਗੀ ਰੀਸ ਹੀ ਨਹੀਂ ਹੁੰਦੀ, ਕਿਉਂਕਿ ਇੱਕ ਤਾਂ ਪੀਣ ਦੇ ਵਿੱਚ ਬਹੁਤ ਸਵਾਦ ਹੁੰਦਾ, ਦੂਸਰਾ ਆਪਣੇ ਸਰੀਰ ਲਈ ਬਹੁਤ ਜ਼ਿਆਦਾ ਲਾਹੇਵੰਦ ਹੁੰਦਾ। ਅਤੇ ਸਰਦੀਆਂ ਦੇ ਵਿੱਚ ਗਰਮ ਗਰਮ ਸੂਪ ਬਹੁਤ ਕਮਾਲ ਦੀ ਗੱਲ ਆ, ਉਹ ਵੀ ਘਰ ਦਾ ਬਣਿਆ ਹੋਇਆ ਹੋਵੇ ਤਾਂ ਉਸ ਤੋਂ ਵਧੀਆ ਗੱਲ ਹੋ ਹੀ ਨਹੀਂ ਸਕਦੀ। ਚਲੋ ਆਪਾਂ ਸਾਰੇ ਜਣੇ ਦੇਖਦੇ ਹਾਂ ਕਿ ਆਪਾਂ ਘਰ ਦੇ ਵਿੱਚ ਕਿੱਦਾਂ ਵੈਜੀਟੇਬਲ ਸੂਪ ਬਣਾ ਸਕਦੇ ਹਾਂ ਅਤੇ ਸਰਵ ਕਰ ਸਕਦੇ ਹਾਂ। ਵੈਜੀਟੇਬਲ ਸੂਪ ਬਣਾਉਣ ਦੇ ਵਾਸਤੇ ਸਭ ਤੋਂ ਪਹਿਲਾਂ ਆਪਾਂ ਇੱਕ ਕੜਾਹੀ ਲਵਾਂਗੇ ਅਤੇ ਉਸ ਦੇ ਵਿੱਚ ਆਪਾਂ ਇੱਕ ਚਮਚ ਦੇ ਕਰੀਬ ਬਟਰ ਪਾ ਦਾਂਗੇ। ਤੁਸੀਂ ਬਟਰ ਦੀ ਜਗ੍ਹਾ ਓਲਿਵ ਓਇਲ ਜਾਂ ਫਿਰ ਤੁਸੀਂ ਰਿਫਾਈਂਡ ਓਇਲ, ਦੇਸੀ ਘੀ, ਤੁਸੀਂ ਕੁਝ ਵੀ ਯੂਜ਼ ਕਰ ਸਕਦੇ ਹੋ। ਬਟ ਸੂਪ ਦੇ ਵਿੱਚ ਜੋ ਬਟਰ ਦਾ ਸਵਾਦ ਆ ਉਹ ਬਹੁਤ ਜ਼ਿਆਦਾ ਆਉਂਦਾ। ਅਤੇ ਇੱਥੇ 7 ਤੋਂ 8 ਕਲੀਆਂ ਮੈਂ ਲਸਣ ਦੀਆਂ ਲਈਆਂ ਨੇ ਜਿਨ੍ਹਾਂ ਨੂੰ ਬਰੀਕ ਛਿੱਲ ਲਿਆ। ਸਭ ਤੋਂ ਪਹਿਲਾਂ ਅਸੀਂ ਇਹੀ ਪਾਵਾਂਗੇ ਅਤੇ ਇਹਨੂੰ ਹਲਕਾ ਜਿਹਾ ਪਕਾਵਾਂਗੇ ਤਾਂ ਕਿ ਇਹਦਾ ਜੋ ਕੱਚਾ ਪਾਣਾ ਉਹ ਨਿਕਲ ਸਕੇ। ਨਾਲ ਹੀ ਮੈਂ ਅਦਰਕ ਲਿਆ ਹੈਗਾ। ਅਦਰਕ ਪਾਉਣ 'ਚ ਕੰਜੂਸੀ ਨਾ ਕਰਿਓ, ਅਦਰਕ ਵਧੀਆ ਪਾਇਓ, ਬਹੁਤ ਵਧੀਆ ਫਲੇਵਰ ਆਉਂਦਾ। ਅਤੇ ਇਹਦਾ ਕੱਚਾ ਪਾਣ ਨਿਕਲਣ ਤੱਕ ਆਪਾਂ ਇਹਨੂੰ ਪਕਾਵਾਂਗੇ। ਹੁਣ ਅਸੀਂ ਸਭ ਤੋਂ ਪਹਿਲਾਂ ਇਹਦੇ ਵਿੱਚ ਗਾਜਰ ਪਾ ਦਾਂਗੇ ਅਤੇ ਨਾਲ ਹੀ ਆਪਾਂ ਬੀਨਸ ਪਾ ਦਾਂਗੇ। ਪੱਤਾ ਗੋਭੀ ਪਾ ਦਾਂਗੇ ਅਤੇ ਨਾਲ ਹੀ ਆਪਾਂ ਹਰੇ ਮਟਰ ਪਾ ਦਾਂਗੇ। ਹਰੇ ਮਟਰ ਮੈਂ ਇੱਥੇ ਤਾਜ਼ੇ ਲਏ ਨੇ। ਜੇਕਰ ਤੁਹਾਡੇ ਕੋਲ ਫਰੋਜ਼ਨ ਨੇ ਤਾਂ ਤੁਸੀਂ ਇਸ ਨੂੰ ਬਾਅਦ ਦੇ ਵਿੱਚ ਪਾ ਸਕਦੇ ਹੋ, ਪਰ ਜੋ ਤਾਜ਼ਾ ਹਰੇ ਮਟਰ ਨੇ ਉਹਨਾਂ ਨੂੰ ਸੌਫਟ ਕਰਨ ਵਾਸਤੇ ਪਹਿਲਾਂ ਹੀ ਪਾਉਣਾ ਪੈਂਦਾ। ਸਾਰੀਆਂ ਸਬਜ਼ੀਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਅਤੇ ਜੋ ਟਮਾਟਰ ਆ ਉਹ ਛੇਤੀ ਮੈਸ਼ੀ ਹੋ ਜਾਂਦਾ ਹੈਗਾ, ਇਸ ਲਈ ਆਪਾਂ ਇਹਨੂੰ ਬਾਅਦ 'ਚ ਪਾਵਾਂਗੇ ਅਤੇ ਸ਼ਿਮਲਾ ਮਿਰਚ ਨੂੰ ਵੀ ਆਪਾਂ ਬਾਅਦ ਦੇ ਵਿੱਚ ਪਾਵਾਂਗੇ। ਸਬਜ਼ੀਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵੋ। ਸਬਜ਼ੀਆਂ ਦੇ ਵਿੱਚ ਅਸੀਂ ਟੇਸਟ ਦੇ ਮੁਤਾਬਕ ਨਮਕ ਪਾ ਦਾਂਗੇ। ਹਿਲਾ ਦਾਂਗੇ ਅਤੇ ਸਬਜ਼ੀਆਂ ਨੂੰ ਹਲਕਾ ਸੌਫਟ ਹੋਣ ਤੱਕ ਪਕਾਵਾਂਗੇ। ਲਗਾਤਾਰ ਸਬਜ਼ੀਆਂ ਨੂੰ ਚਲਾਉਂਦੇ ਹੋਏ ਸਾਨੂੰ 1 ਤੋਂ 2 ਮਿੰਟ ਹੋ ਚੁੱਕੇ ਨੇ, ਸਬਜ਼ੀਆਂ ਹਲਕੀਆਂ ਸੌਫਟ ਹੋ ਚੁੱਕੀਆਂ ਨੇ। ਆਪਾਂ ਇਹਨਾਂ ਨੂੰ ਜ਼ਿਆਦਾ ਸੌਫਟ ਨਹੀਂ ਕਰਨਾ ਇਹਨਾਂ ਦਾ, ਕਿਉਂਕਿ ਫਿਰ ਕਰੰਚੀਨੈਸ ਨਹੀਂ ਰਹੂਗਾ। ਸਬਜ਼ੀਆਂ 'ਚ ਆਪਾਂ ਨੂੰ ਕਰੰਚੀਨੈਸ ਚਾਹੀਦਾ। ਅਤੇ ਇਸ ਦੇ ਲਈ ਆਪਾਂ ਹੁਣ ਇਹਦੇ ਵਿੱਚ ਟਮਾਟਰ ਵੀ ਪਾ ਦਾਂਗੇ ਇਸੇ ਟਾਈਮ 'ਤੇ ਅਤੇ ਸ਼ਿਮਲਾ ਮਿਰਚ ਵੀ ਪਾ ਦਾਂਗੇ। ਸ਼ਿਮਲਾ ਮਿਰਚ ਤੁਸੀਂ ਲਾਲ, ਪੀਲੀ ਕੋਈ ਵੀ ਯੂਜ਼ ਕਰ ਸਕਦੇ ਹੋ। ਸਬਜ਼ੀਆਂ ਦੇ ਵਿੱਚ ਤੁਸੀਂ ਹੋਰ ਸਬਜ਼ੀਆਂ ਜਿਵੇਂ ਕਿ ਬਰੋਕਲੀ, ਮਸ਼ਰੂਮ, ਤੁਸੀਂ ਇਹ ਸਬਜ਼ੀਆਂ ਵੀ ਇਹਦੇ ਵਿੱਚ ਯੂਜ਼ ਕਰ ਸਕਦੇ ਹੋ। ਤੁਹਾਨੂੰ ਜੋ ਸਬਜ਼ੀਆਂ ਪਸੰਦ ਨੇ ਤੁਸੀਂ ਇਹਦੇ ਵਿੱਚ ਯੂਜ਼ ਕਰ ਸਕਦੇ ਹੋ। 1 ਮਿੰਟ ਲਈ ਅਸੀਂ ਇਹਨੂੰ ਹੋਰ ਪਕਾਵਾਂਗੇ। ਮਿੰਟ ਹੋ ਚੁੱਕਿਆ ਜੀ। ਹੁਣ ਅਸੀਂ ਇਹਦੇ ਵਿੱਚ ਪਾਣੀ ਪਾ ਦਾਂਗੇ। ਪਾਣੀ ਇੱਥੇ ਮੈਂ 2 ਗਲਾਸ ਦੇ ਕਰੀਬ ਪਾ ਰਹੀ ਹਾਂ। ਪਾਣੀ ਤੁਸੀਂ ਘੱਟ ਵੱਧ ਆਪਣੇ ਅਨੁਸਾਰ ਪਾ ਸਕਦੇ ਹੋ। ਅਤੇ ਅਸੀਂ ਹੁਣ ਇੱਕ ਉਬਾਲ ਆਣ ਦੇਵਾਂਗੇ। ਵੈਜੀਟੇਬਲ ਸੂਪ ਬਹੁਤ ਹੀ ਜ਼ਿਆਦਾ ਹੈਲਦੀ ਹੈ ਜੀ, ਆਪਣੀ ਸਿਹਤ ਦੇ ਵਾਸਤੇ ਬਹੁਤ ਹੀ ਜ਼ਿਆਦਾ ਵਧੀਆ ਹੈਗਾ, ਕਿਉਂਕਿ ਇਹ ਬਹੁਤ ਸਾਰੀਆਂ ਹਰੀਆਂ ਭਰੀਆਂ ਸਬਜ਼ੀਆਂ ਨਾਲ ਬਣ ਕੇ ਤਿਆਰ ਹੁੰਦਾ ਹੈਗਾ। ਅਤੇ ਸਰਦੀਆਂ ਦੇ ਵਿੱਚ ਜੋ ਸਬਜ਼ੀਆਂ ਨੇ ਬਹੁਤ ਜ਼ਿਆਦਾ ਆਉਂਦੀਆਂ ਨੇ, ਜੋ ਸਰਦੀਆਂ ਦਾ ਇੱਕ ਹਸੀਨ ਤੋਹਫਾ ਹੈਗਾ। ਅਤੇ ਵੈਜੀਟੇਬਲ ਸੂਪ ਨੂੰ ਬਣਾਓ, ਤੁਸੀਂ ਇਸ ਨਾਲ ਆਪਣੇ ਵਜ਼ਨ ਨੂੰ ਵੀ ਘੱਟ ਕਰ ਸਕਦੇ ਹੋ। ਸੋ ਇੱਕ ਵਾਰ ਮੇਰੇ ਤਰੀਕੇ ਦੇ ਨਾਲ ਤੁਸੀਂ ਇਸ ਰੈਸਪੀ ਨੂੰ ਜ਼ਰੂਰ ਬਣਾ ਕੇ ਦੇਖਣਾ। ਤੁਸੀਂ ਦੇਖ ਸਕਦੇ ਹੋ ਕਿ ਸਬਜ਼ੀਆਂ ਦਾ ਰੰਗ ਕਿੰਨਾ ਵਧੀਆ ਆਇਆ ਹੈਗਾ। ਲਓ ਜੀ, ਤੁਸੀਂ ਦੇਖ ਸਕਦੇ ਹੋ ਕਿ ਸੂਪ ਦੇ ਵਿੱਚ ਉਬਾਲ ਆ ਚੁੱਕਿਆ ਹੈ ਅਤੇ ਅਸੀਂ ਇਹਨੂੰ ਹੁਣ ਢੱਕ ਦਾਂਗੇ। ਘੱਟ ਤੋਂ ਘੱਟ ਅਸੀਂ ਇਹਨੂੰ 10 ਮਿੰਟ ਦੇ ਲਈ ਉਬਾਲਾਂਗੇ।
ਤਾਂ ਜੋ ਸਬਜ਼ੀਆਂ ਦਾ ਜੋ ਫਲੇਵਰ ਆ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਆ ਸਕੇ। ਸੂਪ ਨੂੰ ਪੱਕਦੇ ਹੋਏ ਪੂਰੇ 10 ਮਿੰਟ ਹੋ ਚੁੱਕੇ ਨੇ ਤੇ ਆਪਾਂ ਹੁਣ ਇਹਦੇ ਵਿੱਚ ਅੱਧਾ ਚਮਚ ਦੇ ਕਰੀਬ ਕਾਲੀ ਮਿਰਚ ਪਾ ਦਾਂਗੇ ਤੇ ਇਹਨੂੰ ਮਿਕਸ ਕਰ ਦਾਂਗੇ। ਤੁਸੀਂ ਦੇਖ ਸਕਦੇ ਹੋ ਕਿ ਸੂਪ ਆਪਾਂ ਨੂੰ ਹਜੇ ਵੀ ਪਤਲਾ ਲੱਗ ਰਿਹਾ, ਪਰ ਇਹਨੂੰ ਗਾੜਾ ਕਰਨ ਦੇ ਵਾਸਤੇ ਰੈਸਟੋਰੈਂਟ ਵਾਲੇ ਕੀ ਕਰਦੇ ਨੇ ਕਿ ਇਹਦੇ ਵਿੱਚ ਜੋ ਕੌਰਨ ਸਟਾਰਚ ਜਾਂ ਕੌਰਨ ਫਲੋਰ ਹੁੰਦਾ ਉਹ ਇਹਦੇ ਵਿੱਚ ਪਾਉਂਦੇ ਨੇ ਤੇ ਅਸੀਂ ਤੁਹਾਨੂੰ ਪਾ ਕੇ ਦਿਖਾਵਾਂਗੇ। ਤੁਸੀਂ ਇਹਨੂੰ ਸਕਿੱਪ ਵੀ ਕਰ ਸਕਦੇ ਹੋ ਜੇ ਤੁਸੀਂ ਨਹੀਂ ਪਾਉਣਾ, ਪਰ ਸੂਪ ਨੂੰ ਗਾੜਾ ਕਰਨ ਦੇ ਵਾਸਤੇ ਮੈਂ ਤੁਹਾਨੂੰ ਪਾ ਕੇ ਦਿਖਾਵਾਂਗੀ। ਇੱਥੇ ਆਪਾਂ 1 ਚਮਚ ਦੇ ਕਰੀਬ ਕੌਰਨ ਫਲੋਰ ਜਾਂ ਕੌਰਨ ਸਟਾਰਚ ਲਿਆ ਹੈ ਜੀ ਤੇ ਇਹਦੇ ਵਿੱਚ ਆਪਾਂ ਠੰਡਾ ਪਾਣੀ ਪਾ ਕੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ। ਕੌਰਨ ਫਲੋਰ ਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਲਿਆ, ਹੁਣ ਅਸੀਂ ਇਹਨੂੰ ਸੂਪ ਦੇ ਵਿੱਚ ਪਾਵਾਂਗੇ। ਕੌਰਨ ਸਟਾਰ ਅਸੀਂ ਥੋੜ੍ਹਾ ਥੋੜ੍ਹਾ ਪਾਉਂਦੇ ਜਾਵਾਂਗੇ ਅਤੇ ਨਾਲ ਨਾਲ ਇਹਨੂੰ ਮਿਕਸ ਕਰਦੇ ਜਾਵਾਂਗੇ। ਅਤੇ ਅਸੀਂ ਇਹਨੂੰ ਲਗਾਤਾਰ ਚਲਾਉਂਦੇ ਹੋਏ 2-3 ਮਿੰਟ ਲਈ ਹੋਰ ਪਕਾਵਾਂਗੇ। ਨਿੰਬੂ ਪਾਉਣ ਨਾਲ ਜੋ ਸੂਪ ਦਾ ਫਲੇਵਰ ਆ ਉਹ ਹੋਰ ਵੀ ਵਧੀਆ ਆਊਗਾ। ਨਿੰਬੂ ਆ ਜੋ ਅਸੀਂ ਗੈਸ ਬੰਦ ਕਰਨ ਤੋਂ ਬਾਅਦ ਪਾਉਣਾ ਅਤੇ ਇਹਨੂੰ ਮਿਕਸ ਕਰ ਦਾਂਗੇ। ਅਤੇ ਅਸੀਂ ਹੁਣ ਇਹਨੂੰ ਗਰਮਾ ਗਰਮ ਸੂਪ ਨੂੰ ਬਾਊਲ ਦੇ ਵਿੱਚ ਸਰਵ ਕਰਾਂਗੇ ਅਤੇ ਤੁਸੀਂ ਇਸ ਨੂੰ ਗਰਮਾ ਗਰਮ ਸੂਪ ਨੂੰ ਪੀਓ। ਲਓ ਜੀ, ਸਰਦੀਆਂ ਦਾ ਹਸੀਨ ਤੋਹਫ਼ਾ ਗਰਮਾ ਗਰਮ ਵੈਜੀਟੇਬਲ ਸੂਪ ਬਣ ਕੇ ਤਿਆਰ ਆ। ਅਤੇ ਅਸੀਂ ਇਹਦੇ ਵਿੱਚ ਥੋੜ੍ਹੇ ਜਿਹੇ ਹਰੇ ਹੋਰ ਪਿਆਜ਼ ਗਾਰਨਿਸ਼ ਕਰ ਦਾਂਗੇ। ਇਹਦੇ ਨਾਲ ਵੀ ਸੂਪ ਦਾ ਜੋ ਟੇਸਟ ਆ ਬਹੁਤ ਜ਼ਿਆਦਾ ਆਉਂਦਾ ਹੈਗਾ। ਸੋ ਦੋਸਤੋ, ਜੇਕਰ ਤੁਹਾਨੂੰ ਮੇਰੀ ਇਹ ਰੈਸਪੀ ਵੈਜੀਟੇਬਲ ਸੂਪ ਦੀ ਪਸੰਦ ਆਈ ਆ ਤਾਂ ਮੇਰੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ, ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ। ਥੈਂਕਸ ਫੋਰ ਵਾਚਿੰਗ।